ਸਤਿ ਸ੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਪ੍ਰੋਗਰਾਮ ਮੌਲਟ-ਪੋਲਟ ਦੇ ਵਿੱਚ ਜਿਸ ਵਿੱਚ ਕਿ ਹਰ ਵਾਰ ਤੁਹਾਡਾ ਸਾਥ ਦਿੰਨੇ ਆਂ ਮੈਂ ਮਨਦੀਪ ਸਰਾਤੇ ਮੇਰੇ ਨਾਲ ਹੁੰਦੇ ਨੇ ਰਵੀ ਰਵੀ ਸੰਗਰਾਹੂ ਜੀ ਕੀ ਹਾਲ ਚਾਲ ਆ ਹੋ ਬਹੁਤ ਵਧੀਆ ਵਧੀਆ ਬਹੁਤ ਨਜ਼ਾਰੇ ਬਣਿਆ ਨਜ਼ਾਰੇ ਬਣੇ ਚਲੋ ਠਾਕ ਤੇ ਹੋਰ ਕੋਈ ਗੱਲਬਾਤ ਸੁਣਾਓ ਅੱਜ ਫਿਰ ਕੀ ਲੈ ਕੇ ਆਏ ਆ ਵਾਜਾ ਅੱਜ ਅਸੀਂ ਜੋ ਕੁਝ ਲੈ ਕੇ ਆਏ ਆ ਉਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਰ ਨਹੀਂ ਪਤਾ ਹੈ ਨਾ ਤੁਹਾਨੂੰ ਪਤਾ ਜੇ ਮੈਨੂੰ ਪਤਾ ਹੁੰਦਾ ਮੈਂ ਪੁੱਛਦੀ ਕਿਉਂ ਨਿਮਿਤ ਤੋਂ ਨੂੰਮੇ ਦਰਸ਼ਕਾਂ ਨੂੰ ਕਹਿ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਛਾ ਦਰਸ਼ਕਾਂ ਨੂੰ ਵੀ ਨਹੀਂ ਪਤਾ ਹੈਗਾ ਨਹੀਂ ਪਤਾ ਦੱਸ ਦਈਏ ਫਿਰ ਅੱਜ ਉਹ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਜੇ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਖਬਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਭਗਵੰਤ ਮਾਨ ਦੀ ਗੱਲ ਨਾ ਹੋਵੇ ਤੇ ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਕੋਈ ਵੀ ਸ਼ੁਭ ਕਾਰਜ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਤੇ ਕੋਈ ਵੀ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦਾ ਨਾਮ ਲੈਣਾ ਅੱਜ ਕੱਲ ਜ਼ਰੂਰੀ ਬਣ ਗਿਆ ਜੀ ਤਾਂ ਹੁਣ ਅਸੀਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅੱਛਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪਿਛਲੇ ਦਿਨੀ ਅ ਦਿੱਲੀ ਗਏ ਸੀ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਠੀਕ ਹੈ ਕਿ ਪੰਜਾਬ ਦੇ ਲਈ ਕੁਝ ਯੋਜਨਾਵਾਂ ਲੈ ਕੇ ਆਓ ਪੰਜਾਬ ਨੂੰ ਜੋ ਕੁਝ ਚਾਹੀਦਾ ਹੈ ਕੁਝ ਪੰਜਾਬ ਦੀਆਂ ਸਮੱਸਿਆਵਾਂ ਰੱਖਣੀਆਂ ਉਹਨਾਂ ਦੇ ਸਾਹਮਣੇ ਵੀ ਕੀ ਕੁਝ ਕਰਨਾ ਹੈ ਨਾ ਸਾਨੂੰ ਕਿਸ ਚੀਜ਼ ਦੀ ਲੋੜ ਹੈ ਔਰ ਕਿੰਨੇ ਸਮੇਂ ਚ ਲੋੜ ਹੈ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਕੇਂਦਰੀ ਮੰਤਰੀਆਂ ਕੋਲ ਗਏ ਸੀ ਪਰ ਨਾਲ ਦੀ ਨਾਲ ਉਹ ਉਥੋਂ ਰਾਹੁਲ ਗਾਂਧੀ ਨੂੰ ਮਿਲੇ ਬਗੈਰ ਜੋ ਪੰਜਾਬ ਪਰਤੇ ਹੁਣ ਇਸ ਚੀਜ਼ ਨੇ ਸਿਆਸੀ ਹਲਕਿਆਂ 'ਚ ਹਲਚਲ ਮਚਾਤੀ ਹੈ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਕਿਉਂ ਨਹੀਂ ਮਿਲ ਕੇ ਆਏ ਦਿੱਲੀ ਗਏ ਸੀ ਤਾਂ ਜਦੋਂ ਵੀ ਪਹਿਲਾਂ ਜਾਂਦੇ ਆ ਤਾਂ ਰਾਹੁਲ ਗਾਂਧੀ ਨੂੰ ਜ਼ਰੂਰ ਮਿਲ ਕੇ ਆਉਂਦੇ ਆ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਉਂਦੇ ਆ ਚਾਹੇ ਸੋਨੀਆ ਗਾਂਧੀ ਜੀ ਨੂੰ ਮਿਲਣ ਰਾਹੁਲ ਗਾਂਧੀ ਨੂੰ ਮਿਲਣ ਜਿਵੇਂ ਵੀ ਮਤਲਬ ਆਪਣੇ ਆ ਕੁਝ ਸਮੱਸਿਆਵਾਂ ਲੈ ਕੇ ਜਾਂਦੇ ਆ ਕੁਝ ਯੋਜਨਾਵਾਂ ਨਵੀਆਂ ਬਣਾਉਣ ਦੇ ਲਈ ਜਾਂਦੇ ਆ ਪਰ ਮਿਲ ਕੇ ਜਰੂਰ ਆਉਂਦੇ ਆ ਪਰ ਇਸ ਵਾਰ ਉਹ ਰਾਹੁਲ ਗਾਂਧੀ ਨੂੰ ਨਹੀਂ ਮਿਲ ਕੇ ਆ ਤੇ ਕਿਹਾ ਇਹ ਜਾ ਰਿਹਾ ਹੈ ਜੇ ਸਿਆਸੀ ਮਹਾਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਇਸ ਵਾਰ ਮੈਂ ਰਾਹੁਲ ਗਾਂਧੀ ਤੋਂ ਸਮਾਂ ਨਹੀਂ ਲਿਆ ਸੀ ਮਿਲਣ ਦੇ ਲਈ ਅੱਛਾ ਪਰ ਉਹ ਇਸ ਗੱਲ ਤੇ ਪੂਰਾ ਰੌਲਾ ਰੱਪਾ ਪਾਈ ਬੈਠਿਆ ਕਹਿੰਦੇ ਕਿ ਤੂੰ ਝੂਠ ਬੋਲਦਾ ਤੈਨੂੰ ਰਾਹੁਲ ਗਾਂਧੀ ਮਿਲਿਆ ਨਹੀਂ ਤੂੰ ਜਾਣਾ ਚਾਹੁੰਦਾ ਸੀ ਪਰ ਮਿਲਿਆ ਨਹੀਂ ਪਰ ਇੱਥੇ ਮੈਨੂੰ ਲੱਗਦਾ ਇੱਕ ਪਹਿਲੂ ਹੋਰ ਵੀ ਹੈ ਕਿ ਰਾਹੁਲ ਗਾਂਧੀ ਨੂੰ ਕੈਪਟਨ ਮਨਿੰਦਰ ਸਿੰਘ ਜਾਣਬੁੱਝ ਕੇ ਨਹੀਂ ਮਿਲੇ ਹਾਂ ਇਹ ਹੋ ਸਕਦਾ ਹਾਂ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਲੈ ਕੇ ਜਿੰਨੀਆਂ ਚਰਚਾਵਾਂ ਬਣੀਆਂ ਪਈਆਂ ਜਿੰਨੀਆਂ ਖਬਰਾਂ ਸਾਹਮਣੇ ਆਈ ਜਾਂਦੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਇਹ ਆਉਂਦਾ ਹੈ ਕਿ ਗਾਂਧੀ ਪਰਿਵਾਰ ਹੈ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਦਾ ਪੱਖ ਲੈ ਰਿਹਾ ਹੂੰ ਤੇ ਕੈਪਟਨ ਅਮਰਿੰਦਰ ਸਿੰਘ ਕਦੇ ਨਹੀਂ ਚਾਹਣਗੇ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਅੱਗੇ ਝੁਕ ਜਾਣ ਹੂੰ ਔਰ ਅੱਗੋਂ ਨਵਜੋਤ ਸਿੱਧ ਸਿੰਘ ਸਿੱਧੂ ਜਿਹੜਾ ਉਹ ਵੀ ਅੱਗੋਂ ਪੂਰਾ ਪਤੰਦਰ ਹੈ ਉਹ ਕਹਿੰਦਾ ਵੀ ਮੈਂ ਵੀ ਤੇਰੇ ਮੂਰੇ ਨਹੀਂ ਝੁਕਦਾ ਜਾ ਕਰ ਲਾਗੀ ਕਰਨਾ ਉਹ ਵੀ ਅੱਗੋਂ ਹੋ ਜਾਈ ਆ ਮਤਲਬ ਦੋਨੇ ਪਾਸੇ ਬਰਾਬਰ ਹੈ ਦੋਨੇ ਪਾਸੇ ਬਰਾਬਰ ਆ ਤੇ ਹੁਣ ਉਹਨਾਂ ਨੂੰ ਲੱਗਦਾ ਹੈ ਵੀ ਜੇ ਰਾਹੁਲ ਗਾਂਧੀ ਦੇ ਨਾਲ ਮੇਰੀ ਮੁਲਾਕਾਤ ਹੋਗੀ ਹੂੰ ਕੈਪਟਨ ਮਰਿੰਦਰ ਸਿੰਘ ਨੇ ਕਿਦਾ ਸੋਚ ਨਹੀਂ ਹੋ ਸਕਦੀ ਕਿਤਨਾ ਕਿਤੇ ਕਿ ਜੇ ਮੇਰੀ ਮੁਲਾਕਾਤ ਹੋ ਜਾਂਦੀ ਤੇ ਰਾਹੁਲ ਗਾਂਧੀ ਨੇ ਮੈਨੂੰ ਜਾਂ ਤਾਂ ਉਹਨਾਂ ਨੂੰ ਕੋਈ ਵੱਡਾ ਅਹੁਦਾ ਦੇਣ ਦੀ ਗੱਲ ਕਹਿਣੀ ਆ ਨਵਜੋਤ ਸਿੰਘ ਸਿੱਧੂ ਨੂੰ ਤੇ ਜਾਂ ਉਹਨਾਂ ਨੂੰ ਹਾਈ ਕਮਾਂਡ ਦੇ ਵਿੱਚ ਕੋਈ ਵੱਡਾ ਅਹੁਦਾ ਦੇਣ ਦੀ ਗੱਲ ਕਰ ਦੇਣੀ ਆ ਤੇ ਮੈਂ ਜਿੱਥੇ ਹੈਗਾ ਉੱਥੇ ਹੀ ਰਹੂੰਗਾ ਤੇ ਮੈਨੂੰ ਕਿਤਨਾ ਕਿਤੇ ਝਕਾਉਣ ਦੀ ਗੱਲ ਹੋਊਗੀ ਤੇ ਉਹ ਇਸ ਗੱਲ ਤੋਂ ਟਾਲਾ ਜ਼ਰੂਰ ਵਟਦੇ ਹੋਣਗੇ ਕਿ ਕਿਉਂ ਨਾ ਆਪਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਹੀ ਕੀਤਾ ਜਾਵੇ ਪਰ ਜਿਹੜੇ ਰਹਿੰਦੇ 2 ਸਾਲ ਹਲੇ ਤੱਕ ਸਰਕਾਰ ਦੇ ਇਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਖੱਲਲ ਪੈਦਾ ਹੋਊਗਾ ਇੱਕ ਪੁਚਾਲ ਆਊਗਾ ਜਦੋਂ ਵਿਧਾਨ ਸਭਾ ਦੀਆਂ ਤਿਆਰੀਆਂ ਕਰਨਗੇ ਇਹ ਕਿਉਂਕਿ ਉਦੋਂ ਨਵਜੋਸ਼ ਸਿੱਧੂ ਐਡੇ ਚੁੱਪ ਬੈਠਣ ਵਾਲਾ ਸ਼ਖਸ ਨਹੀਂ ਹੈਗਾ ਉਹ ਵੇਟ ਕਰ ਰਿਹਾ ਹੋਊਗਾ ਕਿ ਕਦੋਂ ਵਿਧਾਨ ਸਭਾ ਦਾ ਬਿਗਲ ਵੱਜੇ ਕਦੋਂ ਤਿਆਰੀਆਂ ਇਹ ਸ਼ੁਰੂ ਹੋਣ ਤੇ ਕਦੋਂ ਮੈਂ ਦੁਬਾਰਾ ਕੰਮ ਸ਼ੁਰੂ ਕਰਾਂ ਆਪਣਾ ਤੇ ਇਸ ਗੱਲ ਤੋਂ ਰਾਹੁਲ ਗਾਂਧੀ ਵੀ ਡਰਦੇ ਆ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਮੈਂ ਆਪਣੀ ਗੱਲ ਮਨਾ ਕੇ ਕੈਪਟਨ ਨੂੰ ਪਿੱਛੇ ਕਰਤਾ ਤਾਂ ਕੈਪਟਨ ਨੇ ਦੜੰਗਾ ਮਾਰ ਕੇ ਦੂਜੇ ਪਾਸੇ ਜਾ ਵੜਨਾ ਹੂੰ ਤੇ ਜੇ ਨਵਜੋਤ ਸਿੱਧੂ ਦੀ ਗੱਲ ਨਾ ਮੰਨੀ ਤਾਂ ਦੜੰਗਾ ਲਾਉਣ ਨੂੰ ਉਹ ਪਹਿਲਾਂ ਤਿਆਰ ਬੈਠਾ ਮਤਲਬ ਰਾਹੁਲ ਗਾਂਧੀ ਵੀ ਇਸ ਚ ਫਸਿਆ ਜਾ ਪਿਆਗਾ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣੀ ਪਈ ਆ ਵੀ ਨਾ ਨਿਗਲ ਸਕਦਾ ਤੇ ਨਾ ਉਹਨੂੰ ਛੁੱਟ ਸਕਦਾ ਕਸੂਤਾ ਫਸਿਆ ਬੈਠਾ ਵਿਚਾਰਾ ਉਹੀ ਹੈ ਤੇ ਇੱਕ ਉਹਦੇ ਜਿਹੜੇ ਪਿੱਛੇ ਮੀਟਿੰਗ ਕੀਤੀ ਆ ਰਾਹੁਲ ਗਾਂਧੀ ਨੇ ਉਹਦੇ ਜਿਹੜੇ 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 ਪ੍ਰਧਾਨਾਂ ਨੇ ਅਸਤੀਫੇ ਦਿੱਤੇ ਸੀਗੇ ਉਹ ਵੀ ਉਹਦਾ ਪੂਰਾ ਵਿਰੋਧ ਕਰਨ ਤੇ ਉਤਰੇ ਹੋਏ ਆ ਪੂਰਾ ਉਹਦੇ ਤੇ ਨਿਸ਼ਾਨੇ ਸਾਧੀ ਜਾਂਦੇ ਆ ਕਹਿੰਦੇ ਵੀ ਰਾਹੁਲ ਗਾਂਧੀ ਨੇ ਬਹੁਤ ਵੱਡਾ ਡਰਾਮਾ ਕੀਤਾ ਸੀਗਾ ਉਹ ਕਾਮਯਾਬ ਨਹੀਂ ਹੋ ਸਕਿਆ ਤੇ ਹੁਣ ਰਾਹੁਲ ਗਾਂਧੀ ਰੋਂਦਾ ਫਿਰਦਾ ਡਰਾਮਾ ਕੀਤਾ ਕਿਉਂ ਸੀਗਾ ਡਰਾਮਾ ਕੀਤਾ ਸੀਗਾ ਵੀ ਜਿਹੜਾ ਮੈਂ ਪ੍ਰਧਾਨ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਗੱਲ ਕਰਦਾ ਵੀ ਜਦੋਂ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇਉਂਗਾ ਤਾ ਮੇਰੇ ਨਾਲ ਬਹੁਤ ਸਾਰੇ ਕਾਂਗਰਸ ਲੀਡਰਸ ਅਸਤੀਫਾ ਦੇਣ ਨੂੰ ਤਿਆਰ ਹੋਣਗੇ ਅਸਤੀਫਾ ਦੇਣ ਨੂੰ ਤਿਆਰ ਹੋ ਜਾਣਗੇ ਮੇਰੇ ਨਾਲ ਆ ਕੇ ਖੜੇ ਹੋ ਜਾਣਗੇ ਕਿਉਂ ਇਹ ਦੇਖ ਮੈਨੂੰ ਲੋਕ ਮੇਰਾ ਜੁੜ ਜਾਣਗੇ ਹਾਂ ਤੇ ਮੇਰੇ ਘਰ ਦੇ ਮੂਰੇ ਬਹਿ ਕੇ ਕਹਿਣਗੇ ਵੀ ਨਾ ਗਾਂਧੀ ਸਾਹਿਬ ਤੁਹਾਡੇ ਬਿਨਾ ਅਸੀਂ ਕੱਖ ਦੇ ਨਹੀਂ ਮਤਲਬ ਇੱਕ ਹਾਂ ਇੱਕ ਮੁਹਿੰਮ ਜਿਹੜੀ ਬਣ ਜਾਊਗੀ ਵੀ ਹੈਨਾ ਇਸ ਤਰੀਕੇ ਨਾਲ ਵੀ ਬਹੁਤ ਵੱਡਾ ਜਿਹੜਾ ਉਹ ਪਰ ਉਹ ਗੱਲ ਬਣੀ ਨਹੀਂ ਹੈਗੀ ਬਣੀ ਨਹੀਂ ਹੈਗੀ ਉਹ ਰਾਹੁਲ ਗਾਂਧੀ ਦਾ ਬਚਪਨਾ ਹੀ ਰਹਿ ਗਿਆ ਰੋਲਾ ਰੋਲਾ ਪਾ ਕੇ ਹਟ ਗਿਆ ਤੇ ਹੁਣ ਉਹ ਖਪਿਆ ਪਿਆ ਪੂਰਾ ਵੀ ਭਾਈ ਕੀ ਕੀਤਾ ਜਾਵੇ ਤੇ ਦੂਜਾ ਕਸੂਤਾ ਆਪ ਫਸਾਈ ਬੈਠੇ ਆ ਦੋਵੇਂ ਸਿੱਧੂ ਤੇ ਕੈਪਟਨ ਇਹ ਵੀ ਔਖਾ ਗਰੀ ਬੈਠੇ ਉਹਨੂੰ ਜੇ ਉਹ ਸਿੱਧੂ ਹੀ ਸੁਣਦਾ ਤਾਂ ਕੈਪਟਨ ਜਾਂਦਾ ਹਾਂ ਫਿਰ ਕੈਪਟਨ ਨੇ ਕਿਹਾ ਨਾ ਕਿ ਕੈਪਟਨ ਦੀ ਸੁਣਦਾ ਤਾਂ ਸਿੱਧੂ ਜਾਂਦਾ ਬਿਲਕੁਲ ਸਹੀ ਗੱਲ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਕੈਪਟਨ ਦੂਰੀਆਂ ਰੱਖ ਰਿਹਾ ਰਾਹੁਲ ਗਾਂਧੀ ਤੋਂ ਹਮ मतलब ਕਿ ਉੱਥੇ ਗਿਆ ਤੇ ਪਰ ਆਪ ਵੀ ਉਹਦਾ ਥੋੜਾ ਇਰਾਦਾ ਨਹੀਂ ਹੈਗਾ ਮੈਨੂੰ ਹਾਂ ਆਪ ਦਾ ਇਰਾਦਾ ਹੈ ਹਾਂ ਵੀ ਜੇ ਮੈਂ ਮਿਲੂੰਗਾ ਤਾਂ ਸਿੱਧੂ ਦੇ ਸਬੰਧ ਵਿੱਚ ਕੋਈ ਉਹਨੂੰ ਵੱਡਾ ਉਹਦਾ ਦੇਣ ਲਈ ਮੈਨੂੰ ਕਿਹਾ ਜਾਊਗਾ ਤੇ ਉਹ ਚੀਜ਼ ਤੋਂ ਕੰਨੀ ਘਤਰ ਆਉਂਦਾ ਹਮ ਜੇ ਜੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਹੁਦਾ ਸੰਭਾਲਣਾ ਹੁੰਦਾ ਜੋ ਉਹਨੂੰ ਬਿਜਲੀ ਵਿਭਾਗ ਦਿੱਤਾ ਗਿਆ ਤੇ ਕਾਦਾ ਸੰਭ ਲੈਂਦਾ ਉਹਨੇ ਨਹੀਂ ਸੰਭਣਾ ਉਹਨੇ ਲੈਣਾ ਸਥਾਨਕ ਸਰਕਾਰਾਂ ਹੀ ਆ ਤੇ ਜਾਂ ਫਿਰ ਇਦੋਂ ਵੀ ਵੱਡਾ ਕੋਈ ਅਹੁਦਾ ਲਊਗਾ ਤੇ ਹਾਈ ਕਮਾਂਡ ਦੇ ਵਿੱਚ ਜਾਊਗਾ ਰਾਹੁਲ ਗਾਂਧੀ ਦੀ ਟੀਮ 'ਚ ਜਾਊਗਾ ਕੋਈ ਨਾ ਕੋਈ ਪਾਲਿਸੀ ਤਾਂ ਜ਼ਰੂਰ ਹੈਗੀ ਆ ਜਿਹੜਾ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਅਸੀਂ ਆਹਮੋ ਸਾਹਮਣੇ ਬੈਠੀਏ ਤੇ ਮੇਰੇ ਤੇ ਕੋਈ ਹੁਕਮ ਲਾਗੂ ਹੋਵੇ ਜੀਦੀ ਮੈਨੂੰ ਤਾਂ ਮੀਲ ਕਰਨੀ ਪਵੇ ਜਿਹੜਾ ਮੈਨੂੰ ਮੰਨਣਾ ਪਵੇ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦੂਰੀਆਂ ਰੱਖੀ ਜਾਂਦੇ ਆ ਹੂੰ ਬਿਲਕੁਲ ਹੂੰ ਚਲੋ ਇਹ ਤਾਂ ਬਹੁਤ ਜਿਹੜੀ ਆਪਣੇ ਗੱਲ ਤੁਸੀਂ ਵਧੀਆ ਕਰ ਦਿੱਤੀ ਸਾਡੇ ਨਾਲ ਸਾਂਝੀ ਕਰੀ ਜਿਹੜੀ ਔਰ ਉਮੀਦ ਕਰਦੇ ਆ ਕਿ ਤੁਸੀਂ ਇਹੋ ਜਿਹੀ ਹੋਰ ਵੀ ਸਾਡੇ ਜਿਹੜੀਆਂ ਖੂਫੀਆ ਜਾਣਕਾਰੀ ਜਿਹੜੀ ਸਾਡੇ ਲਈ ਮੈਨੂੰ ਬਹੁਤ ਸਾਰੀਆਂ ਉਮੀਦਾਂ ਰੱਖੋ ਤਾਂ ਜੋ ਤੁਸੀਂ ਮਗਰੋਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦੇਵੋ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਈਏ ਸਹੀ ਹੈ ਚਲੋ ਹੋਰ ਸੁਣਾਓ ਬਹੁਤ ਵਧੀਆ ਮੈਂ ਪਹਿਲਾਂ ਵੀ ਦੱਸਿਆ ਕਿ ਨਜ਼ਾਰੇ ਬਣੇ ਆ ਸਾਰੇ ਪਾਸੇ ਨਿਗਾ ਰੱਖੀ ਜਾ ਰਹੀ ਆ ਆਲੇ ਦੋਲੇ ਦੀ ਨਜ਼ਰ ਮਾਰੀ ਜਾ ਰਹੀ ਆ ਕੀ ਨਜ਼ਰ ਮਾਰੀ ਆ ਇੰਨੇ ਨਜ਼ਰ ਇਹ ਮਾਰੀ ਜਾ ਰਹੀ ਆ ਵੀ ਨਸ਼ੇ ਨੇ بڑے ਪੈਰ ਪਸਾਰ ਲਏ ਬਿਲਕੁਲ ਇਹ ਇਹ ਕੋਈ ਨਵੀਂ ਗੱਲ ਨਹੀਂ ਮੈਂ ਕੋਈ ਨਵੀਂ ਗੱਲ ਨਹੀਂ ਕਹਿ ਰਿਹਾ ਪਰ ਇਹਦੇ ਵਿੱਚ ਨਾ ਬਹੁਤ ਸਾਰੀਆਂ ਕੁਝ ਗੱਲਾਂ ਇਹੋ ਜਿਹੀਆਂ ਸਾਹਮਣੇ ਆ ਜਾਂਦੀਆਂ ਜਿਹੜੀਆਂ ਚਿੰਤਾ ਪੈਦਾ ਕਰ ਦਿੰਦੀਆਂ ਬਹੁਤ ਜ਼ਿਆਦਾ ਚਿੰਤਾ ਇਹ ਹੈ ਕਿ ਖੰਨਾ ਦਾ ਕੋਈ ਪਿੰਡ ਐ ਸਹੌੜਾ ਅੱਛਾ ਜਿੱਥੇ ਉਸ ਪਿੰਡ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਬੋਰਡ ਲਾਇਆ ਜਾਂਦਾ ਹ ਹ ਜਿਹਦੇ ਤੇ ਲਿਖਿਆ ਜਾਂਦਾ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਚਿੱਟੇ ਦਾ ਨਸ਼ਾ ਕਰਨ ਵਾਲਾ ਹਮ ਤੇ ਜਾਂ ਨਸ਼ਾ ਵੇਚਣ ਵਾਲਾ ਅੱਛਾ ਉਹਦੀ ਸਾਨੂੰ ਸੂਚਨਾ ਦਿਓ ਅੱਛਾ ਅਸੀਂ ਉਹਦੇ ਆਧਾਰ ਤੇ ਉਹਦੇ ਤੇ ਕਾਰਵਾਈ ਕਰਾਂਗੇ ਕਾਨੂੰਨਨ ਕਾਰਵਾਈ ਹੋਊਗੀ। ਬਹੁਤ ਵਧੀਆ ਗੱਲ ਹੈ। ਬਹੁਤ ਚੰਗੀ ਗੱਲ ਹੈ। ਪੁਲਿਸ ਵਿਭਾਗ ਦਾ ਇੱਕ ਚੰਗਾ ਕਦਮ ਹੈ। ਪਿੰਡ-ਪਿੰਡ ਬੋਰਡ ਲੱਗਣੇ ਚਾਹੀਦੇ ਆ। ਪਰ ਜਦੋਂ ਬੋਰਡ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਅਸੀਂ ਉਹ ਵੀ ਤੁਹਾਨੂੰ ਦੱਸਦੇ ਆ। ਦੱਸੋ। ਸਹੌੜਾ ਪਿੰਡ ਦੇ ਵਿੱਚ ਦੀ ਗੱਲ ਕਰਦੇ ਆ ਤਾਂ ਉੱਥੇ ਕੁਝ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਬੋਰਡ ਲਾਤਾ ਜਿਹਦੇ ਵਿੱਚ 8 ਤੋਂ 10 ਪਿੰਡ ਦੇ ਵਿਅਕਤੀਆਂ ਦੇ ਨਾਂਵ ਨੇ ਜਿਹਦੇ ਵਿੱਚ ਲਿਖਿਆ ਕਿ ਇਹ ਬੰਦੇ ਨਸ਼ਾ ਵੇਚਦੇ ਨੇ ਜੀ। ਇਹ ਬੰਦੇ ਚਿਟਾ ਵੇਚਦੇ ਨੇ ਅੱਛਾ ਇਹ ਬੰਦੇ ਭੁੱਕੀ ਵੇਚਦੇ ਆ ਇਹ ਬੰਦੇ ਨਜਾਇਜ਼ ਸ਼ਰਾਬ ਵੇਚਦੇ ਆ ਹੂੰ ਪੂਰਾ ਰੌਲਾ ਪੈ ਗਿਆ ਉੱਥੇ ਹੂੰ ਕਿ ਇਹ ਬੋਰਡ ਕੌਣ ਲਾ ਗਿਆ ਹੂੰ ਕਿਉਂ ਨਾਂ ਲਿਖ ਕੇ ਦੇ ਗਿਆ ਹੁਣ ਪੁਲਿਸ ਨੂੰ ਉਹਦੇ ਆਧਾਰ ਤੇ ਕਾਰਵਾਈ ਕਰਨੀ ਪੈਣੀ ਸੀ ਹੂੰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਬੁਲਾ ਕੇ ਕੋਈ ਆਪਣੀ ਜਾਂਚ ਪੜਤਾਲ ਕੀਤੀ ਤਾਂ ਪਿੰਡ ਵਾਸੀਆਂ ਨੂੰ ਮੋੜਵਾ ਜਵਾਬ ਇਹ ਦਿੱਤਾ ਕਹਿੰਦੇ ਜੀ ਇਹ ਬੰਦੇ ਐਸ ਟਾਈਮ ਸਾਊ ਨੇ ਕਿਉਂਕਿ ਇਸ ਤੋਂ ਪਹਿਲਾਂ ਇਹ ਨਸ਼ਾ ਕਰ ਜਰੂਰ ਕਰਦੇ ਸੀ ਭਾਵੇਂ ਚਿੱਟਾ ਹੋਵੇ ਭੁੱਕੀ ਹੋਵੇ ਸ਼ਰਾਬ ਹੋਵੇ ਜਿਸ ਤਰ੍ਹਾਂ ਦਾ ਵੀ ਨਸ਼ਾ ਨਸ਼ੇ ਦਾ ਸੇਵਨ ਕਰਦੇ ਸੀ ਪਰ ਅੱਜ ਇਹ ਬੰਦੇ ਸਾਊ ਨੇ ਕਿਉਂਕਿ ਸਾਡੀ ਮਦਦ ਨਾਲ ਯਾਨੀ ਕਿ ਪੰਜਾਬ ਪੁਲਿਸ ਦੀ ਮਦਦ ਨਾਲ ਇਹ ਨਸ਼ਾ ਛੱਡ ਚੁੱਕੇ ਆ ਤੇ ਇਹ ਬੰਦੇ ਇਸ ਟਾਈਮ ਬਿਲਕੁਲ ਆਪਣੀ ਸਾਦੀ ਜ਼ਿੰਦਗੀ ਜੀ ਰਿਹਾ ਇਸ ਲਈ ਅਸੀਂ ਇਹਨਾਂ ਤੇ ਭਾਈ ਕੋਈ ਕਾਰਵਾਈ ਨਹੀਂ ਕਰ ਸਕਦੇ ਇਹ ਵਰ ਕੀਤਾ ਕੀ ਵੀ ਜਦੋਂ ਇੱਕ ਪਾਸੇ ਬੋਰਡ ਲਾ ਦਿੱਤਾ ਨਾਮ ਲਿਖ ਦਿੱਤੇ ਤੇ ਫਿਰ ਉਹ ਕਹਿੰਦੇ ਨਸ਼ਾ ਛੱਡ ਚੁੱਕੇ ਕੀ ਸਬੂਤ ਹੈ ਉਹਨਾਂ ਕੋਲ ਵੀ ਉਹ ਨਸ਼ਾ ਛੱਡ ਚੁੱਕੀ ਹੈ ਬਿਲਕੁਲ ਗੱਲ ਤਾਂ ਇਹੀ ਹੈ ਨਾ ਚਿੰਤਾ ਤਾਂ ਇਸੇ ਗੱਲ ਦੀ ਬਣਦੀ ਹੈ ਨਾ ਕਿ ਜਦੋਂ ਆਪਾਂ ਪਿੱਛੇ ਜੇ ਇੱਕ ਐਸਐਸਪੀ ਫਿਰੋਜ਼ਪੁਰ ਦਾ ਇੱਕ ਬਿਆਨ ਜਿਹੜਾ ਆਪਾਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਇਹੋ ਜਿਹਾ ਧੰਦਾ ਇਹੋ ਜੀ ਕਾਰਵਾਈ ਕਦੇ ਹੋ ਹੀ ਨਹੀਂ ਸਕਦੀ ਫਿਰ ਫਰੋਜ਼ਪੁਰ ਦੇ ਹੀ ਗੁਰੂ ਹਰਸਾਏ ਵਿੱਚ ਇੱਕ ਸਰਪੰਚ ਦੀ ਅਸੀਂ ਗੱਲ ਸਾਂਝੀ ਕੀਤੀ ਸੀ ਜਿਹਦੇ ਵਿੱਚ ਸਰਪੰਚ ਨੇ ਆਪਣੇ ਪੁੱਤਰ ਨੂੰ ਚਿੱਟੇ ਦਾ ਨਸ਼ਾ ਕਰਨ ਤੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਸੀ ਤੇ ਜਦੋਂ ਉਹ ਪੰਜਾਬ ਪੁਲਿਸ ਕੋਲ ਗਿਆ ਥਾਣੇ ਦੇ ਵਿੱਚ ਰਿਪੋਰਟ ਲਿਖਵਾਉਣ ਦੇ ਲਈ ਗਿਆ ਕਿ ਮੇਰਾ ਪੁੱਤਰ ਨਸ਼ਾ ਕਰਦਾ ਹੈ ਚਿੱਟੇ ਦਾ ਨਸ਼ਾ ਕਰਦਾ ਹੈ ਉਹਨੂੰ ਗ੍ਰਿਫਤਾਰ ਕਰੋ ਅੱਗੋਂ ਪੁਲਿਸ ਦਾ ਜਵਾਬ ਇਹ ਸੀ ਵੀ ਅਸੀਂ ਡਰੱਗ ਇਨਸਪੈਕਟਰ ਦੀ ਰਿਪੋਰਟ ਤੋਂ ਬਿਨਾ ਤੁਹਾਡੇ ਪੁੱਤਰ ਤੇ ਕਾਰਵਾਈ ਨਹੀਂ ਕਰ ਸਕਦੇ ਅਚਾ ਕਾਰਨ ਇਹ ਸੀ ਉੱਥੇ ਕਿ ਉਹ ਉਸੇ ਥਾਣੇ ਦੇ ਵਿੱਚੋਂ ਨਸ਼ਾ ਲੈ ਕੇ ਜਾਂਦਾ ਸੀ ਇਹੋ ਜਿਹੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਈਆਂ ਉਸ ਤੋਂ ਬਾਅਦ ਤੇ ਸਰਪੰਚ ਦੇ ਕਹਿਣ ਤੇ ਵੀ ਕਾਰਵਾਈ ਨਹੀਂ ਹੋਈ ਹੁਣ ਇਧਰਲੇ ਪਾਸੇ ਆਜੋ ਖੰਨੇ ਦੇ ਸਹੌੜਾ ਪਿੰਡ ਚ ਕਿ ਜੇਕਰ ਉਹ ਬੰਦੇ ਪਹਿਲੀ ਗੱਲ ਤਾਂ ਇਹ ਹੈ ਕਿ 100 ਚੋਂ ਕੋਈ 2-4 ਇਹੋ ਜਿਹੇ ਇਨਸਾਨ ਹੋਣਗੇ ਇਹੋ ਜੇ ਤਸਕਰ ਹੋਣਗੇ ਜਿਹੜੇ ਸੁਧਰ ਕੇ ਨਸ਼ਾ ਵੇਚਣਾ ਛੱਡੇ ਹੋਣ ਉਹਦੇ ਵਿੱਚੋਂ ਜੇ ਆਪਾਂ 5% ਦੀ ਗੱਲ ਕਰੀਏ ਤੇ 95% ਇੱਕ ਵਾਰ ਜਦੋਂ ਉਹਨਾਂ ਤੇ ਐਫਆਈਆਰ ਹੁੰਦੀ ਆ ਜਾਂ ਥੋੜੀ ਬਹੁਤੀ ਸਜ਼ਾ ਕੱਟ ਕੇ ਆਉਂਦੇ ਆ ਉਸ ਤੋਂ ਬਾਅਦ ਦੁਬਾਰਾ ਉਸ ਚੀਜ਼ ਨੂੰ ਸ਼ੁਰੂ ਕਰ ਲੈਂਦੇ ਆ 95% ਹਿੱਸਾ ਜਿਹੜਾ ਬਿਲਕੁਲ ਹਾਂ ਪਰ ਇੱਥੇ ਪੁਲਿਸ ਉਹਨਾਂ ਦੀ ਜ਼ਿੰਮੇਵਾਰੀ ਕਿਉਂ ਲੈ ਰਹੀ ਆ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਪੈਦਾ ਕਰਦਾ ਹੈ ਕਿ ਉਹ ਉਹਨਾਂ ਦੀ 8 ਬੰਦਿਆਂ ਦੀ ਜ਼ਿੰਮੇਵਾਰੀ ਕਿਵੇਂ ਲੈ ਸਕਦੇ ਆ ਜਦੋਂ ਪਿੰਡ ਵਾਸੀ ਇਹ ਗੱਲ ਕਹਿ ਰਹੇ ਆ ਕਿ ਇਹ ਬੰਦੇ ਨਸ਼ਾ ਵੇਚਦੇ ਆ ਕਰਦੇ ਆ ਨਸ਼ਾ ਤਾਂ ਫਿਰ ਪੰਜਾਬ ਪੁਲਿਸ ਉਹਨਾਂ ਦਾ ਪੱਖ ਕਿਉਂ ਲੈ ਰਹੀ ਆ ਉਹੀ ਤਾਂ ਹੈ ਨਾ ਵੀ ਇੱਕ ਪਾਸੇ ਤਾਂ ਪੁਲਿਸ ਨੇ ਇਹ ਕਿਹਾ ਵੀ ਹਾਂ ਜਿਹੜੇ ਨਸ਼ਾ ਕਰਦੇ ਐ ਉਹਨਾਂ ਨੇ ਬੋਰਡ ਲਾਇਆ ਹੂੰ ਵੀ ਤੁਸੀਂ ਉਹਨਾਂ ਦਾ ਨਾਮ ਲਿਖੋ ਬਿਲਕੁਲ ਫਿਰ ਉਹਨਾਂ ਨੂੰ ਉਹ ਲੋੜ ਕਿਉਂ ਪੈਣੀ ਸੀ ਕਿ ਉਹਨਾਂ ਨੇ ਇਹ ਸਭ ਕੁਝ ਕਰਨਾ ਹੀ ਨਹੀਂ ਸੀ ਇੰਨਾ ਪਖੰਡ ਕਰਨਾ ਹੀ ਨਹੀਂ ਸੀ ਵੀ ਹਾਂ ਸ਼ੋਸ਼ਾ ਕਰਨਾ ਹੀ ਨਹੀਂ ਸੀਗਾ ਹਾਂ ਠੀਕ ਜੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਬਚਾਉਣਾ ਹੀ ਆ ਉਹਨਾਂ ਨੂੰ ਓਟ ਹੀ ਕਰਨੀ ਆ ਤਾਂ ਫਿਰ ਇਹ ਸਭ ਕੁਝ ਕਰਨ ਦੀ ਲੋੜ ਜਾਂ ਫਿਰ ਇਹ ਦਿਖਾਵਾ ਕਰ ਰਹੇ ਐ ਵੀ ਹਾਂ ਅਸੀਂ ਲੋਕਾਂ ਸਾਹਮਣੇ ਦਿਖਾਵਾ ਕਰਦੇ ਬਿਲਕੁਲ ਠੀਕ ਹੈ ਕਿ ਪੰਜਾਬ ਪੰਜਾਬ ਸਰਕਾਰ ਆ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਵਿਭਾਗ ਆ ਨਾ ਉਹ ਲੋਕਾਂ ਨੂੰ ਜਾਗਰੂਕਤਾ ਦੇ ਲਈ ਫਲੈਕਸ ਬੋਰਡ ਲਾ ਲਾ ਕੇ ਪਿੰਡਾਂ ਦੇ ਵਿੱਚ ਵੀ ਲਾਉਂਦੇ ਨੇ ਔਰ ਜਿਹੜਾ ਸਰਕਾਰੀ ਦਫਤਰ ਹੈ ਉਹਦੇ ਵਿੱਚ ਵੀ ਲਾਇਆ ਜਾਂਦਾ ਜਾਂ ਤੁਸੀਂ ਡੀਸੀ ਦਫਤਰਾਂ ਦੇ ਕਿਸੇ ਵੀ ਵਿਭਾਗ ਦੀ ਗੱਲ ਕਰ ਲਓ ਜਾਂ ਫਿਰ ਪੰਜਾਬ ਪੁਲਿਸ ਦੀ ਗੱਲ ਕਰ ਲਓ ਪੰਜਾਬ ਦੇ ਕਿਸੇ ਵੀ ਵਿਭਾਗ ਦੀ ਗੱਲ ਕਰ ਲਓ ਸਰਕਾਰ ਵੱਲੋਂ ਜੋ ਯੋਜਨਾ ਜਾਰੀ ਕੀਤੀ ਜਾਂਦੀ ਹੈ ਨਾ ਉਹਦਾ ਇੱਕ ਫਲੈਕਸ ਬਣਾ ਕੇ ਲੋਕਾਂ ਦੇ ਅ ਪੜਨ ਦੇ ਲਈ ਜ਼ਰੂਰੀ ਸੂਚਨਾ ਲਿਖ ਕੇ ਉੱਪਰ ਲਾਇਆ ਜਾਂਦਾ ਜੇ ਥਾਣਿਆਂ ਦੀ ਗੱਲ ਕਰ ਲਈਏ ਕਿਸੇ ਵਿਭਾਗ ਦੀ ਗੱਲ ਕਰ ਲਈਏ ਤਾਂ ਤਾਂ ਲਿਖੇ ਬੋਰਡ ਸਾਨੂੰ ਇਹ ਵੀ ਮਿਲਦੇ ਆ ਕਿ ਰਿਸ਼ਵਤ ਖੋਰੀ ਪਾਪ ਹੈ ਪਰ ਰਿਸ਼ਵਤ ਰਿਸ਼ਵਤ ਕੋਰੀ ਖੜਨ ਦਾ ਨਾਮ ਕਿੱਥੇ ਲੈਂਦੀ ਹੈ ਹੁਣ ਇਹ ਵੀ ਇਹਦੇ ਨਾਲ ਜੁੜਿਆ ਹੋਇਆ ਮਸਲਾ ਹੀ ਆ ਵੀ ਪੰਜਾਬ ਪੁਲਿਸ ਦੇ ਵਿਭਾਗ ਵੱਲੋਂ ਹੁਕਮ ਜ਼ਰੂਰ ਜਾਰੀ ਹੋਏ ਹੋਣਗੇ ਕਿ ਤੁਸੀਂ ਇਦਾਂ ਦੇ ਬੋਰਡ ਲਿਖ ਕੇ ਪਿੰਡ ਪਿੰਡ ਲਾਓ ਉਹਨਾਂ ਨੇ ਕੀ ਕੀਤਾ ਕਿ ਪਿੰਡਾਂ ਪਿੰਡਾਂ ਚ ਲਾਤਾ ਦਿੱਤੇ ਔਰ ਉਹਨਾਂ ਦੀਆਂ ਸੈਲਫੀਆਂ ਖਿੱਚ-ਖਿੱਚ ਕੇ ਫੋਟੋ ਖਿੱਚ-ਖਿੱਚ ਕੇ ਪਰ ਭਾਗ ਨੂੰ ਪੇਜ ਜ਼ਰੂਰ ਦਿਤੀਆਂ ਕਿ ਦੇਖੋ ਜੀ ਅਸੀਂ ਤੁਹਾਡੇ ਹੁਕਮ ਦੀ ਤਮੀਲ ਕੀਤੀ ਆ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਆ ਕਿਆ ਮੇਰੀ ਗੱਲ ਦਿੱਤੀ ਹੋਣੀ ਵੀ ਅਸੀਂ ਇਹਨਾਂ ਦਾ ਨਸ਼ਾ ਛਡਾ ਦਿੱਤਾ ਨਿਬੜਿਆ ਕੰਮ ਹੈ ਨਾ ਮਗਾ ਆ ਦੇਖੋ ਜੀ ਇਹ ਸਾਫ ਸੁਥਰਾ ਹੈ ਦੇਖੋ ਆ ਬੋਰਡ ਲੱਗਾ ਹੋਇਆ ਅਸੀਂ ਪਿੰਡ ਦੇ ਵਿੱਚ ਲਾਤਾ ਤੇ ਇਥੋਂ ਕੰਮ ਖਤਮ ਹੋ ਗਿਆ ਹਾਂ ਤੇ ਉਹੀ ਉਹਨਾਂ ਦੀ ਖਿੱਚੀ ਹੋਈ ਸੈਲਫੀ ਉਹੀ ਹੁਕਮ ਦੀ ਤਮੀਲ ਉਹਨਾਂ ਦੇ ਹੁਣ ਭਾਰੀ ਪੈਂਦੀ ਨਜ਼ਰ ਆਉਂਦੀ ਹੈ ਕਿ ਜੇਕਰ ਉਹ ਉਹਨਾਂ ਨੂੰ ਸੱਚੀ ਮੁੱਚੀ ਫੜ ਕੇ ਕੋਈ ਵੱਡੀ ਕਾਰਵਾਈ ਕਰਦੇ ਆ ਤਾਂ ਉਹਨਾਂ ਤੇ ਐਫਆਈਆਰ ਵੀ ਹੋਣੀ ਸੀ ਹੋ ਸਕਦਾ ਕਿਤੇ ਨਾ ਕਿਤੇ ਰਿਸ਼ਤਾ ਉਹਨਾਂ ਦਾ ਉਹਨਾਂ ਦੇ ਨਾਲ ਹੋਵੇ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਕੁੰਡੀ ਮਿਲਦੀ ਹੋਵੇ ਅਸੀਂ ਇਲਜ਼ਾਮ ਨਹੀਂ ਲਾ ਰਹੇ ਅਸੀਂ ਸ਼ੱਕ ਜ਼ਾਹਿਰ ਕਰ ਰਹੇ ਹਾਂ ਕਿ ਸ਼ਾਇਦ ਇਦਾਂ ਹੋਵੇ ਪਰ ਬਿਨਾਂ ਸਬੂਤ ਤੋਂ ਪੁਲਿਸ ਵੀ ਇਹ ਗੱਲ ਨਹੀਂ ਕਹਿ ਸਕਦੀ ਵੀ ਇਹ ਸਾੜ ਚੁੱਕੇ ਆ ਹੁਣੇ ਬਿਲਕੁਲ ਹੈਨਾ ਤੇ ਚਲੋ ਉਹ ਤਾਂ ਉਹਨਾਂ ਨੇ ਹੁਣ ਜਿਵੇਂ ਕਹਿਤਾ ਵੀ ਆਪਣੇ ਜਿਹੜੇ ਲੀਡਰ ਆ ਉਹਨਾਂ ਨੂੰ ਦਿਖਾਉਣਾ ਹੋ ਵੀ ਹਾਂ ਅਸੀਂ ਆ ਕੰਮ ਕਰ ਦਿੱਤਾ ਠੀਕ ਸੋ ਦਸ਼ਕੋ ਫਿਲਹਾਲ ਉਲਟਪੁਲਟ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੋ ਚੁੱਕਿਆ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਜੀ ਬ੍ਰੇਕ ਤੋਂ ਬਾਅਦ ਮੜ ਸੁਆਗਤ ਕਰਦੇ ਹਾਂ ਜੀ ਪ੍ਰੋਗਰਾਮ ਉਲਟਪੁਲਟ ਦੇ ਵਿੱਚ ਔਰ ਗੱਲਬਾਤ ਨੂੰ ਰਵੀ ਜੀ ਆਪਾਂ ਇਸੇ ਤਰ੍ਹਾਂ ਜਾਰੀ ਰੱਖਦੇ ਹੋਈ ਜੀ ਜ਼ਰੂਰ ਜਾਰੀ ਰੱਖਾਂਗੇ ਵੈਸੇ ਤੁਸੀਂ ਪਹਿਲਾਂ ਹਾਸੀ ਆਂਦੇ ਸੀ ਬਹੁਤ ਜ਼ਿਆਦਾ ਮੈਂ ਸੋਚਦੀ ਸੀ ਤੁਹਾਨੂੰ ਪੁੱਛਾਂ ਹਨਾ ਪਰ ਮੈਂ ਹੁਣ ਪੁੱਛਣਾ ਵੀ ਤੁਸੀਂ ਮੋਬਾਈਲ ਤੇ ਕੁਝ ਵੇਖ ਕੇ ਹੱਸ ਰਹੇ ਸੀਗੇ ਹਾਂ ਸਾਨੂੰ ਵੀ ਦੱਸੋ ਇਹ ਅਸੀਂ ਵੀ ਥੋੜਾ ਜਿਹਾ ਹੱਸ ਲਈਏ ਨਹੀਂ ਮੈਂ ਸੋਚਦੀ ਸੀ ਵੀ ਤੁਹਾਨੂੰ ਪੁੱਛਾਂ ਹੂੰ ਤੇ ਫਿਰ ਤੁਸੀਂ ਪੁੱਛਤਾ ਫਿਰ ਵੀ ਲਿਆ ਜਾਂ ਤਾਂ ਇੱਕ ਉਹ ਵੀ ਮੈਂ ਸੋਚਦੀ ਸੀ ਕਿ ਤੁਹਾਨੂੰ ਪੁੱਛਾਂ ਫਿਰ ਚਲੋ ਆਪਾਂ ਉਹ ਨਹੀਂ ਪੁੱਛਦੇ ਆਪਾਂ ਆ ਪੁੱਛਦੇ ਆ ਨਹੀਂ 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 ਮੈਂ ਸੋਚਦੀ ਸੀ ਵੀ ਤੁਹਾਨੂੰ ਉਹਦਾ ਹੀ ਪੁੱਛਾਂ ਫਿਰ ਮੈਂ ਸੋਚਿਆ ਨਾ ਫਿਰ ਪੁੱਛੂੰਗੀ ਵੀ ਕੈਮਰਾ ਆਨ ਹੋਣ ਤੋਂ ਬਾਅਦ ਪੁੱਛਣਾ ਹਾਂ ਇਹ ਠੀਕ ਹੈ ਹਾਂ ਇਹ ਸਹੀ ਹੈ ਹਾਂ ਚਲੋ ਉਹ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਅੱਛਾ ਜਿਹਦੇ ਵਿੱਚ ਕਿਉਂਕਿ ਹੁਣ ਬ੍ਰੇਕ ਦਾ ਸਮਾਂ ਸੀਗਾ ਤੇ ਮੈਂ ਕਿਹਾ ਚਲੋ ਚਾਹ ਚੁ ਪੀ ਲੈਨੇ ਆ ਹਨਾ ਥੋੜੀ ਜੀ ਤੇ ਚਲੋ ਟਾਈਮ ਪਾਸ ਕਰ ਲੈਨੇ ਦੇਖਦੇ ਆ ਕੀ ਚੱਲਦਾ ਹਨਾ ਤੇ ਉਹਦੇ ਵਿੱਚ ਕੀ ਸੀਗਾ ਕਿ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਜਿਹੜੀ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਹੋਊਗੀ ਉਹ ਪੰਜਾਬ ਤੋਂ ਬਾਹਰ ਦੇ ਕਿਸੇ ਸੂਬੇ ਦੀ ਹੈ ਜਿਹਦੇ ਚ ਭਾਈ ਵਿਆਹ ਹੋ ਰਿਹਾ ਲਾੜਾ ਬੜਾ ਖੁਸ਼ ਨਜ਼ਰ ਆਉਂਦਾ ਔਰ ਬਹੁਤ ਨੱਚਣ ਟੱਪਣ ਵਾਲੇ ਵੀ ਪੂਰਾ ਆਪਣਾ ਕੀੜਾ ਕੱਢ ਰਹੇ ਆ ਬੈਂਡ ਵਾਜੇ ਚੱਲ ਰਹੇ ਆ ਪਰ ਉਸ ਤੋਂ ਬਾਅਦ ਜਿਹੜਾ ਕੁਝ ਹੋਇਆ ਉਹ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਦਿਖਾਉਨੇ ਆ ਮੰਦੀਪ ਹਾਂ ਇਹ ਇਦਾਂ ਦੇ ਭਾਈ ਵਿਆਹ ਹੁੰਦੇ ਆ ਮਤਲਬ ਉਹ ਜਿਸ ਤਰੀਕੇ ਨਾਲ ਉਹਦਾ ਢੂਹਾ ਫਟਿਆ ਢੂਹਾ ਤੋੜਦਾ ਉਹਦਾ ਪਹਿਲਾਂ ਹੀ ਮੈਂ ਕਹਿਨੀ ਹੋਈ ਜੇ ਜਿਸ ਤਰੀਕੇ ਨਾਲ ਢੂਹਾ ਫਟਿਆ বাজਬੋਜ ਤੇ ਕੀ ਹੋਣਾ ਨਾ ਵੀ ਭਲਿਆ ਮਾਨਸਾ ਮਸਾ ਵਿਚਾਰੇ ਦਾ ਵਿਆਹ ਹੋਣ ਲੱਗਾ ਤੈਨੂੰ ਐਡਾ ਚਾ ਚੜਿਆ ਵੀ ਤੇਰਾ ਤਾਂ ਸਰ ਜੂ ਤੇ ਉਹ ਜਿਨੇ ਵਿਚਾਰੇ ਨੇ ਹਲੇ ਜਾ ਕੇ ਬੜਾ ਕੁਝ ਫੇਸ ਕਰਨਾ ਹੈ ਜਾ ਕੇ ਫੇਰੇ ਲੈਣੇ ਆ ਤੂੰ ਉਹਨੂੰ ਪਹਿਲਾਂ ਹੀ ਪ੍ਰਸ਼ਾਦ ਦੇਤਾ ਵੀ ਜਦੋਂ ਹੁਣ ਫੇਰੇ ਲਊਗਾ ਉਹ ਜਾਂਦਾ ਜਾਂਦਾ ਨਾਲੇ ਤੁਰਿਆ ਜਾਊਗਾ ਨਾਲੇ ਢੂਈ ਨੂੰ ਐਂਜ ਕਰ ਲਿਆ ਕਰੂਗਾ ਮੈਂ ਉਹ ਹੀ ਕਹਿੰਦੀ ਕਿਡਾ ਵੱਡਾ ਵੱਡਾ ਵੱਜਵਾ ਦੇਣਾ ਵਿੱਚ ਤੇ ਹੋਰ ਉਹਦੇ ਦਾ ਵਿਆਹ ਭੁੱਲਣਾ ਨਹੀਂ ਜਿੱਦਾਂ ਭੈੜਾ ਡਿੱਗਿਆ ਉਹ ਵੀ ਮੋਢਿਆਂ ਤੇ ਚੱਕ ਕੇ ਨੱਚਣ ਦਾ ਕੀ ਮਤਲਬ ਤੇ ਉਹ ਵੀ ਉਦੋਂ ਵੇਖੋ ਵੀ ਕਿਹੜੇ ਟਾਈਮ ਮੋਢਿਆਂ ਤੇ ਚੜਦਾਵੇਂ ਭਲਿਆ ਮਾਨਸਾ ਤੇਰੇ ਚੱਗੇ ਦਿਨ ਸ਼ੁਰੂ ਹੋਣਾ ਹੈ ਤਾਂ ਕਿਉਂ ਬੋਠੇਗਾ ਤੂੰ ਆਪਣਾ ਖਿਆਲ ਰੱਖ ਹੈ ਵੀ ਉਹ ਥੱਲੇ ਮਰੀਅਲ ਜਾ ਹੈਗਾ ਜਿਹਦੇ ਤੂੰ ਮੋਢਿਆਂ ਤੇ ਚੜੀ ਜਾਣਾ ਉਹਨੇ ਵੀ ਅੱਗੋਂ ਪੂਰਾ ਭੋਗ ਪਾਇਆ ਫਿਰ ਉਹ ਹੈ ਨਾ ਜੋਸ਼ ਚ ਹੋਸ਼ ਗਵਾ ਬੈਠਣ ਵਾਲੀ ਗੱਲ ਹੋ ਗਈ ਉਹਦੀ ਵੀ ਹੈ ਨਾ ਵਿਆਹ ਦਾ ਚਾਹੀਏ ਨਾ ਚੜਿਆ ਨਹੀਂ ਵਿਆਹ ਕੋਈ ਵੱਖਰਾ ਹੋਣ ਲੱਗੇ ਸੀ ਲਾੜੇ ਦਾ ਹੀ ਠੂਆ ਭੰਨਤਾ ਇਹਨਾਂ ਨੂੰ ਚਾਹ ਬੜੇ ਚੜਦੇ ਆ ਆ ਮੈਂ ਦੇਖਿਆ ਯੂਪੀ ਤੇ ਬਿਹਾਰ ਸਾਈਡ ਦੀਆਂ ਜਿਹੜੀਆਂ ਵੀਡੀਓ ਨਾ ਇਹ ਇਹ ਬੜਾ ਕੁਝ ਕਰਦੇ ਆ ਭਾਈ ਇਹਨਾਂ ਨੂੰ ਇੰਨੇ ਚਾਹ ਚੜਦੇ ਆ ਵੀ ਰਹੇ ਰੱਬ ਦਾ ਨਾਮ ਕਦੇ ਤਾਂ ਇਹ ਇੱਕ ਬਲਾੜੇ ਨੂੰ ਸ਼ਰਾਬਾਂ ਪਿਆਈ ਜਾਂਦੇ ਨੇ ਬੈਠੇ ਸਾਰਾ ਕੱਲ ਮੇਰੀ ਇਹ ਨਾ ਚਾਹ ਵੀ ਇਹਨਾਂ ਨੂੰ ਬੜੇ ਚੜਦੇ ਤੇ ਜਦੋਂ ਇਹਨਾਂ ਨੂੰ ਗੁੱਸਾ ਆਉਂਦਾ ਨਾ ਗੁੱਸਾ ਵੀ ਬੜਾ ਭੜਾ ਹੁੰਦਾ ਮੈਨੂੰ ਪਤਾ ਇਹਨਾਂ ਦਾ ਗੁੱਸਾ ਵੀ ਇਹਨੇ ਇਹਨਾਂ ਦੇ ਡਾਂਸ ਬੜੇ ਤਰ੍ਹਾਂ ਦੇ ਆ ਇਹਨਾਂ 'ਚ ਆਕੜ ਵੀ ਬੜੀ ਭੜੀ ਹੁੰਦੀ ਆ ਇਹਨਾਂ ਦੇ ਡਾਂਸ ਨਾਲ ਜਿਹੜੇ 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 ਨੱਚਣ ਦੇ ਸਟਾਈਲ ਇਹਨਾਂ ਦੇ ਆਪਾਂ ਦੇਖਦੇ ਹੁੰਨੇ ਆ ਬਾਹਲੇ ਤਰ੍ਹਾਂ ਦੇ ਇਹ ਕਦੇ ਸੱਪ ਬਣ ਜਾਂਦੇ ਆ ਹਾਂ ਕਦੇ ਇਹ ਬਾਂਦਰ ਬਣ ਜਾਂਦੇ ਆ ਹੂੰ ਤੇ ਇਹ ਕਦੇ ਕਦੇ ਐ ਥੱਲੇ ਲੇਟ ਦੇ ਫਿਰਨਗੇ ਹਾਂ ਵੀ ਹੋਰ ਕੁਝ ਨਹੀਂ ਮਿਲਿਆ ਇਹਨਾਂ ਨੂੰ ਨੱਚਣ ਵਾਸਤੇ ਕੋਈ ਸਟੈਪ ਨਹੀਂ ਲੱਭਿਆ ਇਹਨਾਂ ਨੂੰ ਫਿਰ ਕੀ ਕਰਦੇ ਆ ਮਿੱਟੀ 'ਚ ਡਿੱਗ ਪੈਂਦੇ ਆ ਤੇ ਫਿਰ ਰੁੜ ਕੇ ਇੱਧਰ ਨੂੰ ਜਾਂਦੇ ਆ ਫਿਰ ਉਧਰੋਂ ਰੁੜੇ ਆਉਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਹਨਾਂ ਨੂੰ ਸਿਖਾਇਆ ਕਿਨੇ ਆ ਇਹ ਨਾਗਣੀ ਵਾਲਾ ਡਾਂਸ ਜਿਆ ਬੜਾ ਕਰਦੇ ਹੁੰਦੇ ਮੈਂ ਵੀ ਵੇਖਿਆ ਹਾਂ ਹਾਂ ਐ ਐ ਕਰਕੇ ਹੈਨਾ ਐ ਐ ਬੜਾ ਡਾਂਸ ਕਰਦੇ ਆ ਚਲੋ ਇਹ ਤਾਂ ਕਾਮਨ ਹੋ ਗਿਆ ਨਾ ਇਹ ਤਾਂ ਗਾਣਾ ਚੱਲਦਾ ਮੈਂ ਤੇਰੀ ਦੁਸ਼ਮਣ ਦੁਸ਼ਮਣ ਤੂੰ ਮੇਰਾ ਮੈਂ ਗੁਪ ਮੈਂ ਨਾ ਗਿੰਦ ਤੂੰ ਤੇਰਾ ਇਹ ਤਾਂ ਇਹ ਤਾਂ ਆਮ ਹੀ ਹੋ ਗਿਆ ਨਾ ਗੀਤੇ ਤਾਂ ਇਧਰ ਆਪਣੇ ਵੀ ਬਹੁਤ ਚੱਲਦਾ ਹਨਾ ਵਿਆਹਾਂ ਦੇ ਵਿੱਚ ਬਹੁਤ ਪਰ ਜਿਹੜੇ ਹਸਾਬ ਨਾਲ ਉਹ ਨਾਗਨ ਵਾਲੀਆਂ ਪਹਿਲਾਂ ਪਾਉਂਦੇ ਆ ਉਹ ਭਾਈ ਉਹੀ ਪਾ ਸਕਦੇ ਆ ਪੰਜਾਬੀ ਨਹੀਂ ਪਾ ਸਕਦੇ ਇਹ ਤਾਂ ਵੱਧ ਤੋਂ ਵੱਧ ਗੋਡਣੀਆਂ ਇਹ ਲਾ ਕੇ ਆਏ ਕਰਨਗੇ ਉਹ ਤਾਂ ਫਿਰ ਮੇਲਦੇ ਫਿਰਦੇ ਆ ਸਾਰੇ ਪਾਸੇ ਇੱਕ ਮੈਂ ਵੀਡੀਓ ਵੇਖੀ ਸੀ ਜਿਹੜਾ ਘੋੜੀ ਤੇ ਬੜਾ ਨਾਗਨ ਬਣਿਆ ਬੈਠਾ ਹੋ ਉਹ ਐ ਕਰਦਾ ਦੂਜੇ ਪਾਸੇ ਜਾਵੜਦਾ ਐਵੇਂ ਕਰਦਾ ਦੂਜੇ ਪਾਸੇ ਜਾਵੜਦਾ ਕਹਿੰਦੇ ਵੀ ਘੋੜੀ ਦੇ ਨਾਗਣ ਚੜ ਗਈ ਆ ਤਾਂ ਅੱਛਾ ਸੁਣੋ ਮੇਰੀ ਗੱਲ ਮੇਰੇ ਯਾਦ ਆ ਗਈ ਇੱਕ ਹੋਰ ਗੱਲ ਉਹ ਪਤਨ ਤੁਸੀਂ ਵੇਖੀ ਹੋਣੀ ਉਹ ਵੀਡੀਓ ਉਹ ਘੋੜੀ ਤੇ ਬੈਠਾ ਹੁੰਦਾ ਲੜਾ ਹੂੰ ਤੇ ਉਹਨਾਂ ਪਤਾ ਨਹੀਂ ਕੋਈ ਰਸਮ ਹੋਊਗੀ ਉਹਨਾਂ ਦੀ ਕੋਈ ਐਦਾ ਨਾ ਕੁਝ ਮਤਲਬ ਕਿ ਬਾਵਾ ਉੱਚਾ ਚਾਰ ਜਾਣੇ ਚੱਕੀ ਖੜੇ ਸੀਗੇ ਮਤਲਬ ਫੱਟੀਆਂ ਸੀ ਪਤਾ ਨਹੀਂ ਕੀ ਸੀਗਾ ਕੋਈ ਰਸਮ ਹੋਣੀ ਆ ਉਹਨਾਂ ਦੀ ਤੇ ਉਹਨਾਂ ਘੋੜੀ ਨੂੰ ਉਹਦੇ ਉੱਪਰ ਚੜਾ ਰਹੇ ਸੀ ਮਤਲਬ ਉਹਦੇ ਉੱਪਰ ਦੀ ਲੰਗਾਣਾ ਸੀ ਘੋੜੀ ਨੂੰ ਅੱਛਾ ਜਦੋਂ ਘੋੜੀ ਉਹਦੇ ਉੱਪਰ ਦੀ ਲੰਗੂਗੀ ਹੁਣ ਆਬੀਸਲੀ ਇਹ ਵੀ ਲਾੜਾ ਤਾਂ ਡਿੱਗੂ ਗਈ ਨਾ ਅੱਛਾ ਲਾੜਾ ਸਾਹਿਬ ਤਾਂ ਬੈਠੇ ਆ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਲਾੜਾ ਉਹ ਘੋੜੀ ਨੂੰ ਐਦਾਂ ਮਤਲਬ ਜ਼ਬਰਦਸਤੀ ਉਹ ਕਰ ਰਿਹਾ ਵੀ ਉਹ ਜਾ ਕੇ ਦੂਸਰੇ ਪਾਸੇ ਛਾਲ ਮਾਰੇ ਘੋੜੀ ਹੁਣ ਘੋੜੀ ਵਿਚਾਰੀ ਹੁਣ ਇੰਨਾ ਉੱਚਾ ਕਿੱਥੋਂ ਜਦੋਂ ਘੋੜੀ ਟੱਪਣ ਲੱਗੀ ਘੋੜੀ ਪੁੱਠੀ ਵੱਜੀ ਤੇ ਲਾੜਾ ਦੱਬਿਆ ਗਿਆ ਵੀ ਇਹਨਾਂ ਦੀਆਂ ਰਸਮਾਂ ਨਾ ਜਿਹੜੀਆਂ ਭਾਈ ਆਹਾ ਯੂਪੀ ਬਿਹਾਰ ਇਧਰਲੇ ਸਾਈਡ ਦੀਆਂ ਜਿਹੜੀਆਂ ਰਸਮਾਂ ਫਿਰ ਇਹ ਇਹਨਾਂ ਰਸਮਾਂ ਨੂੰ ਹਰ ਇੱਕ ਰਸਮ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਕਰਨਾ ਵਿੱਚ ਬਹੁਤ ਬੈਠੇ ਹੁੰਦੇ ਆ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਬਸ ਕੋਈ ਵੀ ਮੂਵਮੈਂਟ ਵਿਆਹ ਦੀ ਉਹਨੂੰ ਬਣਾਉਣਾ ਉਹਨੂੰ ਫਿਰ ਕਦੇ ਟਿਕਟੌਕ ਤੇ ਪਾਉਣਾ ਕਦੇ ਵਟਸਐਪ ਤੇ ਚਾੜ ਦੇਣਾ ਕਦੇ ਫੇਸਬੁੱਕ ਤੇ ਪਾ ਦੇਣਾ ਕਿ ਸਾਂਝੀਆਂ ਕਰਦੇ ਰਹਿਣਾ ਲੋਕਾਂ ਦੇ ਨਾਲ ਪਰ ਉਹਨਾਂ ਦੇ ਵਿੱਚੋਂ ਕਈ ਗੱਲਾਂ ਇਹੋ ਜਿਹੀਆਂ ਹਾਸੋਣੀਆਂ ਨਿਕਲ ਕੇ ਆ ਜਾਂਦੀਆਂ ਜਿਹੜੀਆਂ ਮਤਲਬ ਲੋਕਾਂ ਦੇ ਲਈ ਮਜ਼ਾਕ ਦਾ ਪਾਤਰ ਬਣਦੀਆਂ ਜਿਵੇਂ ਆ ਲੜਾਜੀ ਦੀ ਢੂਈ ਭੰਨੀ ਹੈ ਢੂਆ ਭੰਨਿਆ ਸੱਚ ਦੇਖੋ ਕਈ ਕਈ ਵਾਰ ਨਾ ਇਹ ਹੋ ਜਾਂਦਾ ਵੀ ਆਪਾਂ ਦੇਖੋ ਕੰਮ ਕਰ ਰਹੇ ਆ ਲੋਕ ਸੁੱਤੇ ਪਏ ਹੁੰਦੇ ਮਤਲਬ ਹੋ ਜਾਂਦਾ ਹੋ ਜਾਂਦਾ ਹੁੰਦਾ ਭਾਈ ਨਹੀਂ ਹੋ ਜਾਂਦਾ ਐਕਚੁਅਲੀ ਜੇ ਦਰਸ਼ਕਾਂ ਦੀ ਨਿਗਾਹ ਪਈ ਹੋਊਗੀ ਤਾਂ ਜ਼ਰੂਰ ਸਮਝ ਜਾਣਗੇ ਇਹਦਾ ਮਤਲਬ ਕੀ ਹੈ ਮੇਰਾ ਆਜ਼ਾਦੀ ਰੁਕਦੇ ਮੈਂ ਕੀ ਕਰਾਂ ਚਲੋ ਇਸ ਗੱਲ ਨੂੰ ਆਪਾਂ ਛੱਡ ਦਿੰਨੇ ਆ ਇਸ ਗੱਲ ਨੂੰ ਅਸੀਂ ਗਾਂ ਤੋਂ ਸੁਧਾਰਾਂਗੇ ਸੁਧਾਰ ਲਿਆਵਾਂਗੇ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਅਜਾ ਚਲੋ ਇਹ ਤਾਂ ਹੋ ਗਈ ਵੀਡੀਓ ਦੀ ਗੱਲ ਹਮ ਪਰ ਇੱਕ ਹੋਰ ਵਿਸ਼ਾ ਅੱਜ ਮੈਂ ਲੈ ਕੇ ਆਇਆ ਸੀਗਾ ਜਿਹੜਾ ਮੇਰਾ ਦਿਲ ਕਰਦਾ ਹੈ ਕਿ ਇੱਥੇ ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੋਣਾ ਆਪਾਂ ਇਸ ਪ੍ਰੋਗਰਾਮ 'ਚ ਕੀਤਾ ਹੋਣਾ ਜਾਂ ਮੈਂ ਕਿਸੇ ਹੋਰ ਪ੍ਰੋਗਰਾਮ 'ਚ ਮੈਨੂੰ ਲੱਗਦਾ ਕਦੇ ਇੱਕ ਵਾਰ ਜ਼ਿਕਰ ਹੋਇਆ ਹੋਣਾ ਹੋਰ ਪ੍ਰੋਗਰਾਮ ਵੀ ਕਰਦੇ ਹੋਗੇ ਹੋਰ ਪ੍ਰੋਗਰਾਮ ਵੀ ਕਈ ਵਾਰੀ ਕਰ ਲਈਦਾ ਅਸੇ ਪਾਸੇ ਠੀਕ ਹੈ ਮੈਨੂੰ ਲੱਗਦਾ ਕਿ ਇਹਦਾ ਜ਼ਿਕਰ ਕੀਤਾ ਹੋਊਗਾ ਪਰ ਇਹ ਮੁੱਦਾ ਬੜਾ ਸੰਜੀਦਾ ਠੀਕ ਹੈ ਇਹ ਮਤਲਬ ਇੱਕ ਤਰਾਸ ਦੀ ਹੈ ਸਾਡੀ ਸਾਡੇ ਸਮਾਜ ਦੀ ਕਿ ਜਿਹੜੇ ਬਜ਼ੁਰਗ ਹੁੰਦੇ ਆ ਸਾਡੇ ਹਨਾ ਮਾਪੇ ਹੁੰਦੇ ਆ ਜਾਂ ਫਿਰ ਆਪਾਂ ਦਾਦੇ-ਦਾਦੀ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਨਾ ਉਹ ਬਹੁਤ ਘਟ ਗਈ ਜਿਹੜੇ ਅੱਜ ਕੱਲ ਦੇ ਧੀਆਂ ਪੁੱਤ ਨੇ ਤੇ ਜਾਂ ਫਿਰ ਨੂਹਾਂ ਆਉਂਦੀਆਂ ਕਿਤਨਾ ਕਿਤੇ ਜਦੋਂ ਮੁੰਡਾ ਵਿਆਹਿਆ ਜਾਂਦਾ ਨਾ ਜਦੋਂ ਨੂੰਹ ਆ ਜਾਂਦੀ ਆ ਉਸ ਤੋਂ ਬਾਅਦ ਖਟਾਸ ਪੈਦਾ ਹੋਣ ਲੱਗ ਜਾਂਦੀ ਆ ਇੱਥੇ ਅਸੀਂ ਇਲਜ਼ਾਮ ਨੂੰਹਾਂ ਤੇ ਨਹੀਂ ਲਾ ਰਹੇ ਕਿਤਨਾ ਕਿਤੇ ਮਾਪਿਆਂ ਦੇ ਵਿੱਚ ਵੀ ਕੋਈ ਨੁਕਸ ਹੋਂਦਾ ਜਿਨ੍ਹਾਂ ਦੀ ਆਪਸੀ ਸਮਝ ਨਹੀਂ ਬੈਠ ਪਾਉਂਦੀ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਸਮਝ ਨਹੀਂ ਪਾਉਂਦੇ ਤਾਂ ਉੱਥੇ ਆ ਕੇ ਸਮੱਸਿਆਵਾਂ ਪੈਦਾ ਹੁੰਦੀਆਂ ਪਰ ਜ਼ਿਆਦਾਤਰ ਆਪਾਂ ਇਹ ਹੀ ਵੇਖਿਆ ਕਿ ਜਿਹੜੇ ਲੜਕੇ ਹੁੰਦੇ ਆ ਯਾਨੀ ਕਿ ਮੁੰਡੇ ਹੁੰਦੇ ਆ ਉਹ ਆਪਣੇ ਮਾਂ ਪਿਓ ਦੀ ਗੱਲ ਮੰਨਣ ਦੀ ਬਜਾਏ ਉਹਨਾਂ ਦੀ ਸਾਫ ਸਮਹਾਲ ਕਰਨ ਦੀ ਬਜਾਏ ਆਪਣੀ ਪਤਨੀ ਦੀ ਵੱਧ ਮੰਨਣੀ ਸ਼ੁਰੂ ਕਰ ਲੈਂਦੇ ਆ ਤੇ ਉੱਥੇ ਫਿਰ ਭੋਗਤ ਨਹੀਂ ਮਾਪਿਆ ਨੂੰ ਪੈਂਦੀ ਆ ਬਿਲਕੁਲ ਬਹੁਤ ਸਾਰੇ ਉਦਾਹਰਨਾਂ ਸਾਡੇ ਸਮਾਜ ਦੇ ਵਿੱਚ ਆਪਾਂ ਇੱਕ ਮੋਟੀ ਉਦਾਹਰਨ ਲਈਏ ਵੱਡੀ ਉਦਾਹਰਨ ਲੈ ਲਈਏ ਕਿ ਜੇਕਰ ਅਜਿਹਾ ਨਾ ਹੋਵੇ ਸਾਡੇ ਸਮਾਜ ਦੇ ਵਿੱਚ ਜੇਕਰ ਆਹ ਵਰਤਾਰਾ ਨਾ ਚੱਲਦਾ ਹੋਵੇ ਤਾਂ ਸਾਡੇ ਜਿਹੜੇ ਵਿਰਧ ਆਸ਼ਰਮ ਬਣੇ ਉਹਨਾਂ ਦੀ ਲੋੜ ਨਾ ਹੁੰਦੀ ਹਮ ਬਿਲਕੁਲ ਸਰਕਾਰਾਂ ਨੂੰ ਇਹ ਬਣਾਉਣ ਦੀ ਲੋੜ ਨਾ ਪੈਂਦੀ ਬਿਲਕੁਲ ਰਵੀ ਜੀ ਕਿਸੇ ਗਾਇਕ ਨੇ ਵਧੀਆ ਜਿਹੜੀ ਗੱਲ ਗਾਈ ਆ ਸ਼ਾਇਦ ਹੰਸਰਾਏ ਹੰਸ ਜੀ ਦਾ ਗੀਤ ਹੈਗਾ ਜੀ ਪੁੱਤ ਵੰਡਾਉਣ ਜਮੀਨਾ ਧੀਆਂ ਦੁੱਖ ਵੰਡਾਉਂਦੀਆਂ ਤੇ ਇਹ ਜਿਹੜੇ ਤੱਥ ਹੈ ਨਾ ਇਹ ਬਿਲਕੁਲ ਸੱਚ ਨੇਗੇ ਹਮ ਪੁੱਤਾਂ ਦੀ ਗੱਲ ਕਰੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਲਈ ਸਾਰਿਆਂ ਦੇ ਲਈ ਅਸੀਂ ਇਹ ਫਿਕਰਮੰਦ ਆ ਇਸ ਗੱਲ ਨੂੰ ਲੈ ਕੇ ਕਿ ਹਰ ਘਰ ਦੇ ਵਿੱਚ ਜਿੱਥੇ ਅਸੀਂ ਦੇਖਦੇ ਹਾਂ ਕਿ ਮਾਪੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਨਾ ਤੇ ਉਹਨਾਂ ਦੀ ਕਦਰ ਹੈ ਜਿਹੜੀ ਪੁੱਤ ਘਟਾ ਦਿੰਦੇ ਨੇ ਜੀ ਬਿਲਕੁਲ ਠੀਕ ਪਰ ਜਦੋਂ ਕਿ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ ਸਾਨੂੰ ਕੀ ਚਾਹੀਦਾ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੁੰਦਾ ਹਰ ਉਹਦੇ ਵਿੱਚ ਸਾਨੂੰ ਉਹ ਉਹ ਹੀਰੇ ਹੁੰਦੇ ਸਾਡੇ ਲਈ ਸਾਨੂੰ ਜ਼ਿੰਦਗੀ ਦੇ ਵਿੱਚ ਜਿਹੜੀ ਸੇਧ ਦੇ ਸਕਦੇ ਸਹੀ ਸੇਧ ਸਾਨੂੰ ਉਹੀ ਦੇ ਸਕਦੇ ਆ ਤੇ ਉਹਨਾਂ ਦੀ ਸਾਮ ਸੰਭਾਲ ਕਰਨਾ ਸਾਡਾ ਫਰਜ਼ ਹੈ ਕਿਉਂਕਿ ਇੱਕ ਟਾਈਮ ਸਾਨੂੰ ਉਹਨਾਂ ਨੇ ਉਂਗਲ ਫੜ ਕੇ ਤੁਰਨਾ ਸਿਖਾਇਆਗਾ ਤੇ ਇਹ ਸਾਡਾ ਫਰਜ਼ ਹੁੰਦਾ ਹੈ ਵੀ ਅਸੀਂ ਉਹਨਾਂ ਦੇ ਲਈ ਕੀ ਕਰ ਸਕਦੇ ਆ ਅਸੀਂ ਕੀ ਕਰ ਸਕਦੇ ਆ ਠੀਕ ਹੈ ਮਾਪੇ ਦਾ ਕਰਜ਼ ਕਦੇ ਵੀ ਅਸੀਂ ਉਤਾਰ ਨਹੀਂ ਸਕਦੇ ਹੁੰਦੇ ਸਾਨੂੰ ਉਹਨਾਂ ਨੇ ਪਾਲਿਆ ਹੁੰਦਾ ਪਲੋਸਿਆ ਹੁੰਦਾ ਤੇ ਅਸੀਂ ਸਾਨੂੰ ਜ਼ਿੰਦਗੀ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਕੀਤਾ ਹੁੰਦਾ ਤੇ ਪਰ ਫਿਰ ਵੀ ਅਸੀਂ ਜਿੰਨਾ ਕਰ ਸਕਦੇ ਹਾਂਗੇ ਉਹਨਾਂ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਹਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਧੀ ਪੁੱਤ ਲਾਇਕ ਦੇ ਨਿਕਲਣਾ ਬਹੁਤ ਘੱਟ ਸੋਚ ਸਕਦੇ ਹਾਂ ਬਹੁਤ ਘੱਟ ਪੁੱਤ ਕ ਪੁੱਤ ਹੁੰਦੇ ਆ ਪਾਕਸਰੀ ਸੁਣਦੇ ਆ ਕਿ ਮਾਪਿਆਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੁੱਤ ਕ ਪੁੱਤ ਹੋ ਜਾਂਦੇ ਆ ਔਰ ਉਦਾਹਰਨਾਂ ਬਹੁਤ ਨੇ ਜੇਕਰ ਨਾ ਹੋਣ ਤਾਂ ਪਹਿਲੀ ਗੱਲ ਹੀ ਹੈ ਕਿ ਆਸ਼ਰਮ ਨਾ ਬਣਾਉਣੇ ਪੈਂਦੇ ਮੈਂ ਨਾ ਇੱਕ ਮਨਦੀਪ ਇੱਕ ਸੌਂਗ ਸੁਣ ਰਿਹਾ ਸੀ ਜਿਹੜਾ ਕਿ ਕਾਫੀ ਮਕਬੂਲ ਵੀ ਹੋਇਆ ਔਰ ਲੋਕਾਂ ਨੇ ਜਿਹੜੇ ਇੱਕ ਸਮਝਦਾਰ ਤੌਰ 'ਤੇ ਇੱਕ ਜੋ ਲੋਕ ਇਸ ਚੀਜ਼ ਦੀ ਪੀੜਾ ਨੂੰ ਸਮਝਦੇ ਆ ਚਿੰਤਤ ਨੇ ਉਸ ਵਰਗ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਗਾਇਕ ਨੇ ਬਲਦੇਵ ਲਹਿਰੀ ਜਿਨ੍ਹਾਂ ਨੇ ਇਹ ਗਾਣਾ ਗਾਇਆ ਔਰ ਉਹਨਾਂ ਨੇ ਗਾਣੇ ਦਾ ਨਾਮ ਹੈਗਾ ਮਾਪੇ ਜਿਹਦੇ ਵਿੱਚ ਉਹਨਾਂ ਦੀਆਂ ਕੁਝ ਲਾਈਨਾਂ ਨੇ ਜਿਹੜੀਆਂ ਪਹਿਲੀਆਂ ਲਾਈਨਾਂ ਕਿ ਜਰਿਆ ਨਹੀਂ ਸੀ ਤੁਹਾਡੇ ਕੰਡਾ ਵਜਿਆ ਪੂਰਾ ਤੁਹਾਡਾ ਰੱਖਿਆ ਖਿਆਲ ਪੁੱਤਰੋ ਪੁੱਤ ਪੁੱਤ ਕਹਿ ਕੇ ਪਿਆਰ ਨਾਲ ਪਾਲਿਆ ਤੁਸੀਂ ਪੁੱਛਦੇ ਜਮਾਂ ਨਹੀਂ ਸਾਡਾ ਹਾਲ ਪੁੱਤਰੋ ਉਹਨਾਂ ਨੇ ਇਹਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਇਹ ਕੀਤੀ ਹੈ ਪੂਰੀ ਵੀਡੀਓ ਦੇ ਵਿੱਚ ਵੀ ਔਰ ਗਾਣੇ ਦੇ ਵਿੱਚ ਵੀ ਕਿ ਜਦੋਂ ਤੁਸੀਂ ਨਿੱਕੇ ਹੁੰਦੇ ਸੀ ਨਾ ਉਦੋਂ ਅਸੀਂ ਤੁਹਾਡੇ ਕੰਡਾ ਵੱਜਿਆ ਨਹੀਂ ਚਰਦੇ ਸੀ ਜੇ ਕਦੇ ਤੁਸੀਂ ਕਹਿ ਦੇਣਾ ਮੇਰੇ ਕਿਤੇ ਵੀ ਦਰਦ ਹੁੰਦਾ ਹੈ ਤੁਰੇ ਜਾਂਦੇ ਨੇ ਕਦੇ ਕੰਡਾ ਵੱਜ ਜਾਣਾ ਤਾਂ ਤੁਹਾਡਾ ਉਹਨਾਂ ਟਾਈਮ ਅਸੀਂ ਤੁਹਾਨੂੰ ਝੋਲੀ ਚੋਣੀ ਤਾਰ ਦੇ ਜਿਨਾ ਚਾਹੀ ਅਸੀਂ ਕੰਡਾ ਕੱਢ ਨਹੀਂ ਦਿੰਦੇ ਔਰ ਬੱਚਾ ਇਹ ਨਹੀਂ ਕਹਿ ਦਿੰਦਾ ਕਿ ਹੁਣ ਮੇਰਾ ਦਰਦ ਰੁਕ ਗਿਆ ਅਸੀਂ ਉਹਨਾਂ ਟਾਈਮ ਤੁਹਾਡਾ ਖਿਆਲ ਰੱਖਦੇ ਸੀਗੇ ਪਰ ਜਿਵੇਂ ਹੀ ਤੁਹਾਨੂੰ ਨੌਕਰੀਆਂ ਮਿਲ ਜਾਂਦੀਆਂ ਜਿਵੇਂ ਤੁਸੀਂ ਵੱਡੇ ਹੋ ਜਾਂਦੇ ਆ ਜਿਵੇਂ ਹੀ ਤੁਹਾਡਾ ਵਿਆਹ ਹੋ ਜਾਂਦਾ ਤੁਸੀਂ ਸਾਨੂੰ ਭੁੱਲ ਜਾਂਦੇ ਆ ਖੁਦ ਦੇ ਘੁੰਮਣ ਲਈ ਖੁਦ ਦੇ ਬਾਹਰ ਜਾਣ ਲਈ ਆਪਣੀਆਂ ਕਾਰਾਂ 'ਚ ਤੇਲ ਪਾਉਣ ਲਈ ਤੇਲ ਹੁੰਦਾ ਤੁਹਾਡੇ ਕੋਲ ਪੈਸੇ ਹੁੰਦੇ ਆ ਘੁੰਮਣ ਦੇ ਲਈ ਔਰ ਜਦੋਂ ਅਸੀਂ ਦਵਾਈ ਵਾਸਤੇ ਤੁਹਾਡੇ ਤੋਂ ਪੈਸੇ ਮੰਗ ਲੈਂਦੇ ਆ ਉਦੋਂ ਤੁਹਾਡੇ ਕੋਲੋਂ ਖਤਮ ਹੋ ਜਾਂਦੇ ਆ ਬਿਲਕੁਲ ਦੂਜੀ ਗੱਲ ਇਹ ਆ ਵੀ ਜਦੋਂ ਸਾਨੂੰ ਲੱਗਦਾ ਨਾ ਕਿ ਹਾਂ ਸਾਡੇ ਮਾਪੇ ਸਾਡੇ ਬਜ਼ੁਰਗ ਮੰंजे ਦੇ ਵਿੱਚ ਬੈਠ ਗਏ ਆ ਹੁਣ ਅਸੀਂ ਇਹ ਸਾਥੋਂ ਇਹ ਸਾਹਮੇ ਨਹੀਂ ਜਾਂਦੇ ਸਾਡੇ ਕੰਮ ਬਹੁਤ ਨੇ ਅਸੀਂ ਉਲਝੇ ਹੋਏ ਆ ਉਦੋਂ ਫਿਰ ਸਾਡੇ ਦਿਮਾਗ 'ਚ ਇੱਕੋ ਹੀ ਖਿਆਲ ਆਉਂਦਾ ਹੁੰਦਾ ਰਵੀ ਜੀ ਵੀ ਹਾਂ ਅਸੀਂ ਇਹਨਾਂ ਨੂੰ ਕਿਸੇ ਵਿਰਧ ਅਸ਼ਰਮ 'ਚ ਛੱਡ ਆਈਏ। ਬਿਲਕੁਲ। ਹੂੰ ਬਿਲਕੁਲ। ਤੇ ਫਿਰ ਉਹਨਾਂ ਨੂੰ ਅਸੀਂ ਕਹਿੰਨੇ ਆਂ ਵੀ ਸੌਰੀ ਪਪਾ ਅਸੀਂ ਤੁਹਾਨੂੰ ਸੰਭ ਨਹੀਂ ਸਕਦੇ ਸਾਡੇ ਕੋਲ ਇਹਨਾਂ ਟਾਈਮ ਨਹੀਂ ਹੈਗਾ। ਸਮਾਂ ਨਹੀਂ ਹੈਗਾ। ਸਾਡੇ ਕੋਲ ਇਹਨਾਂ ਟਾਈਮ ਨਹੀਂ ਵੀ ਅਸੀਂ ਤੁਹਾਡੇ ਲਈ ਇਹਨਾਂ ਟਾਈਮ ਕੱਢ ਸਕੀਏ। ਅਸੀਂ ਤੁਹਾਨੂੰ ਉੱਥੇ ਭੇਜ ਦਿਆ ਕਰਾਂਗੇ ਸਭ ਕੁਝ ਤੇ ਤੁਹਾਨੂੰ ਉੱਥੇ ਤੁਸੀਂ ਅਰੈਸਟ ਕਰੋਗੇ ਨਾਲੇ ਵਧੀਆ ਆਰਾਮ ਕਰ ਸਕਦੇ ਤੁਹਾਡੀ ਦੇਖਭਾਲ ਲਈ ਇਹਨੇ ਲੋਕ ਹੈਗੇ। ਸਾਨੂੰ ਰੱਤੀ ਵੀ ਸ਼ਰਮ ਨਹੀਂ ਆਉਂਦੀ ਆਹ ਗੱਲ ਕਹਿੰਦੇ। ਬਿਲਕੁਲ ਜਮਾਂ ਸ਼ਰਮ ਨਹੀਂ ਆਉਂਦੀ ਇੱਕ ਨਾ ਦਿਲ ਨੂੰ ਝੰਜੋੜ ਦੇਣ ਵਾਲੀ ਇੱਕ ਮੇਰੇ ਗੱਲ ਯਾਦ ਆਉਂਦੀ ਹੈ ਇੱਥੇ ਕਿ ਇੱਕ ਪੁੱਤਰ ਆਪਣੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੰਦਾ ਹੈ ਤਾਂ ਕੁਝ ਸਮੇਂ ਦੇ ਬਾਅਦ ਕੁਝ ਸਾਲਾਂ ਦੇ ਬਾਅਦ ਜਦੋਂ ਮਾਂ ਨੂੰ ਮਿਲਣ ਜਾਂਦਾ ਹੈ ਆਸ਼ਰਮ ਦੇ ਵਿੱਚ ਕੁਝ ਲੈ ਕੇ ਜਾਂਦਾ ਉਹਦੇ ਵਾਸਤੇ ਕਿ ਮਾਂ ਦਾ ਬੜਾ ਦਰਦ ਆ ਉਹ ਨੂੰ ਦੁਬਾਰਾ ਮਿਲਣ ਗਿਆ ਤੇ ਮਾਂ ਉਹ ਨੂੰ ਇੱਕ ਗੱਲ ਕਹਿੰਦੀ ਹੈ ਕਿ ਪੁੱਤ ਇਸ ਬਿਰਧ ਆਸ਼ਰਮ ਦੇ ਵਿੱਚ ਨਾ ਪਾਣੀ ਠੰਡਾ ਨਹੀਂ ਹੈਗਾ ਹੂੰ ਤੇ ਤੂੰ ਜੇ ਹੋ ਸਕਦਾ ਨਾ ਤੇ ਇੱਥੇ ਇੱਕ ਫਰਿੱਜ ਲਵਾ। ਉਹ ਕਹਿੰਦਾ ਵੀ ਮੈਨੂੰ ਕੀ ਲੋੜ ਪਈ ਆ ਵੀ ਮੈਂ ਕਿਉਂ ਲਵਾਵਾਂ। ਕਹਿੰਦੀ ਪੁੱਤ ਕਿਉਂਕਿ ਮੈਨੂੰ ਨਾ ਆਪਣੇ ਨਾਲੋਂ ਤੇਰਾ ਵੱਧ ਫਿਕਰ ਆ ਕਿਉਂਕਿ ਕੱਲ ਨੂੰ ਤੂੰ ਵੀ ਸ਼ਾਇਦ ਇਸੇ ਬਿਰਦਾ ਆਸ਼ਰਮ 'ਚ ਆ ਜਾਵੇਂ। ਹਮ ਇੱਕ ਮਾਂ ਦਾ ਦਿਲ ਉੱਥੇ ਫੇਰ ਬਿਲਕੁਲ ਉਹਨੂੰ ਵੱਦਵਾ ਨਹੀਂ ਦੇ ਰਿਆ। ਉਹਦੇ ਵਾਸਤੇ ਸੋਚ ਹੀ ਰਹੀ ਆ ਵੀ ਜਦੋਂ ਨੂੰ ਤੂੰ ਆਉਣਾ ਪੁੱਤ ਸ਼ਾਇਦ ਤੈਨੂੰ ਠੰਡਾ ਪਾਣੀ ਮਿਲੇ ਇੱਥੇ। ਕਿਉਂਕਿ ਜਿਹੋ ਜਿਹੇ ਬੀਜ ਅਸੀਂ ਬੋਵਾਂਗੇ ਨਾ ਉਹੋ ਜਿਹੀ ਅਸੀਂ ਵੱਡਾਂਗੇ ਤੇ ਜੋ ਕੁਝ ਅਸੀਂ ਕਰਾਂਗੇ ਸਾਡੇ ਨਾਲ ਉਹ ਉਹ ਸਾਨੂੰ ਉਹੀ ਭੁਗਤਣਾ ਪੈਣਾ ਸਾਡੇ ਬੱਚੇ ਜੋ ਸਾਨੂੰ ਦੇਖਣਗੇ ਜਿਵੇਂ ਕਰਦੇ ਉਹਨੂੰ ਉਵੇਂ ਹੀ ਉਹਨਾਂ ਨੇ ਢਲ ਜਾਣਾ ਹੈ ਬਿਲਕੁਲ ਸੋ ਅਸੀਂ ਸਾਰੇ ਅੱਗੇ ਇਹ ਹੀ ਬੇਨਤੀ ਕਰਦੇ ਹਾਂ ਕਿ ਆਪਣੇ ਮਾਪੇ ਦੀ ਕਦਰ ਕਰੋ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੁੰਦਾਗਾ ਔਰ ਇੱਥੇ ਕਿਸੇ ਕਿਸਮ ਦਾ ਸਵਾਰਥ ਨਹੀਂ ਆਉਣਾ ਚਾਹੀਦਾ ਸਾਡੇ ਵਿੱਚ ਕਿਉਂਕਿ ਅੱਜ ਕੱਲ ਦੇਖਿਆ ਜਾਵੇ ਤਾਂ ਰਿਸ਼ਤਿਆਂ ਦੇ ਵਿੱਚ ਜਿੱਥੇ ਵੀ ਸਵਾਰਥ ਆਉਂਦਾ ਰਿਸ਼ਤੇ ਖਤਮ ਹੋ ਗਏ ਆ ਉਹ ਬਿਲਕੁਲ ਬਿਲਕੁਲ ਔਰ ਬੱਚੇ ਦੇ ਮਾਪੇ ਦਾ ਜਿਹੜਾ ਰਿਸ਼ਤਾ ਹੈ ਇਹ ਇਸੇ ਤਰ੍ਹਾਂ ਹੀ ਬਰਕਰਾਰ ਰਹੇ ਅਸੀਂ ਇਹ ਉਮੀਦ ਕਰਦੇ ਹਾਂ ਜੀ ਔਰ ਦਰਸ਼ਕੋ ਪ੍ਰੋਗਰਾਮ ਉਲਟ ਪੁਲਟ ਦਾ ਜਿਹੜਾ ਸਫ਼ਰ ਹੈ ਅੱਜ ਇੱਥੇ ਹੀ ਖਤਮ ਕਰਦੇ ਹੋਏ ਲੈਨੇਜ ਤੁਹਾਡੇ ਤੋਂ ਵਿਦਾ ਮਿਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਫ਼ਰ ਦੇ ਵਿੱਚ ਤੇ ਤਦ ਤੱਕ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ